ਗੁਰਮਖ ਪਿਆਰਿਓ ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਜੋ ਬੇਨਤੀਆਂ ਅੱਜ ਆਪਾਂ ਸਾਂਝੀਆਂ ਕਰਨੀਆਂ ਨੇ ਉਹ ਬੇਨਤੀਆਂ ਇਹ ਨੇ ਦਸ਼ਮੇਸ਼ ਪਿਤਾ ਜੀ ਦੇ ਲਿਖਤ ਬਚਨ ਨੇ 2023 ਤੇ 24 ਦੇ ਵਿੱਚ ਇਹ ਕੰਮ ਹੋਣ ਜਾ ਰਹੇ ਨੇ ਸਭ ਕੁਝ ਖਤਮ ਹੋ ਜਾਏਗਾ ਕੌਣ ਬਚੇਗਾ ਕਿਹੜਾ ਕਿਹੜਾ ਬਚੇਗਾ ਤੇ ਕੁਝ ਬੇਨਤੀਆਂ ਮੈਂ ਸਾਂਝੀਆਂ ਕਰੂੰਗਾ ਖਾਸ ਤੌਰ ਤੇ ਸਾਰੇ ਜਣੇ ਨਾਲ ਜੁੜੇ ਰਹੋ ਪਿਆਰ ਦਿੰਦੇ ਰਹੋ ਤੇ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਨਵੀਂ ਅਪਡੇਟ ਲੈਣ ਦੇ ਲਈ ਚੈਨਲ ਦੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਨਵਾਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਦਸ਼ਮੇਸ਼ ਪਿਤਾ ਜੀ ਨੇ ਜਦੋਂ 1708 ਦੇ ਵਿੱਚ ਹਜ਼ੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਕਈ ਵਾਰੀ ਬਚਨ ਆਪਾਂ ਸਾਂਝੇ ਕੀਤੇ ਨੇ ਮੇਰੇ ਪਾਤਸ਼ਾਹ ਨੇ ਉਤੇ ਇੱਕ ਗੱਲ ਕਹੀ ਸੀ ਪਾਤਸ਼ਾਹ ਕਹਿੰਦੇ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਇਹਨਾਂ ਬਚਨਾਂ ਦੇ ਵਿੱਚ ਵੀ ਫਰਕ ਪਾਤੇ ਸਾਡੇ ਵਾਲੇ ਲਾਣਿਆਂ ਨੇ ਕੋਈ ਕਹਿੰਦਾ ਜੀ ਜੂ ਕਹੋ ਕੋਈ ਕਹਿੰਦਾ ਜੀ ਜੀ ਕਹੋ ਅਸਲ ਦੇ ਵਿੱਚ ਜੀ ਹੈ ਜੂ ਕੀ ਹੁੰਦਾ ਹੈ ਚਲੋ ਇਹ ਲੱਗ ਤੋਂ ਵਿਸ਼ਾ ਪਰ ਮੇਰੇ ਸਤਿਗੁਰੂ ਨੇ ਇੱਕ ਗੱਲ ਸਮਝਾਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿਖੋ ਸਮਝ ਲਿਓ ਕਿ ਤੁਹਾਡੇ ਲਈ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੀ ਸਭ ਕੁਝ ਨੇ ਸਭ ਸਿੱਖਾਂ ਨੂੰ ਸਾਰੇ ਸਿੱਖਾਂ ਨੂੰ ਕਮੈਂ ਸਾਰੇ ਮੇਰੇ ਪਿਆਰਿਆਂ ਨੂੰ ਸਾਰੇ ਗੁਰਮਖਾਂ ਨੂੰ ਹੁਕਮ ਦਿਨਾ ਵੈ ਇੱਕੋ ਹੁਕਮ ਦਿਨਾ ਉਹ ਏ ਹੈ ਕਿ ਅੱਜ ਤੋਂ ਬਾਅਦ ਸ਼ਬਦ ਗੁਰੂ ਹੀ ਤੁਹਾਡੇ ਗੁਰੂ ਨੇ ਪਾਤਸ਼ਾਹ ਹੀ ਤੁਹਾਡੇ ਗੁਰੂ ਨੇ ਸਤਗੁਰੂ ਧੰਨ ਗੁਰਗ੍ਰੰਥ ਸਾਹਿਬ ਦੀ ਬਾਣੀ ਤੋਂ ਪੁੱਛ ਕੇ ਕੰਮ ਕਰਨੇ ਨੇ ਇਹਨਾਂ ਤੋਂ ਆਗਿਆ ਲੈ ਬਿਨਾ ਕੋਈ ਕੰਮ ਨਹੀਂ ਕਰਨਾ ਪਾਤਸ਼ਾਹ ਕਹਿੰਦੇ ਨੇ ਅਰਦਾਸ ਬਿਨਾ ਜੋ ਕਾਜ ਸਿਧਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੈ ਪਾਤਸ਼ਾਹ ਕਹਿੰਦੇ ਨੇ ਅਰਦਾਸ ਕੀਤੇ ਬਿਨਾ ਕੋਈ ਕਾਰਜ ਨਹੀਂ ਕਰਨਾ ਜੇਕਰ ਅਰਦਾਸ ਕਰੇ ਬਿਨਾ ਕੋਈ ਕਾਰਜ ਕਰੇਗਾ ਯਾਦ ਰੱਖੀ ਤੂੰ ਮੈਨੂੰ ਨਹੀਂ ਪਾਏਗਾ ਭਾਈ ਨੰਦ ਲਾਲ ਜੀ ਦੀ ਰਸਨਾ ਤੇ ਬੈਠ ਕੇ ਬਚਨ ਕਵਾ ਦਿੱਤੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਕਰੀ ਹਰ ਕੰਮ ਨੂੰ ਕਰਨ ਵੇਲੇ ਗੁਰੂ ਦੇ ਸਨਮੁਖ ਕੇ ਅਰਦਾਸ ਕਰੀ ਚਲੋ ਠੀਕ ਹੈ ਤੂੰ ਦੂਰ ਦੁਰਾਡੇ ਬੈਠਾ ਹੋਇਆ ਹੈ ਗੁਰੂ ਘਰ ਨਹੀਂ ਜਾ ਸਕਦਾ ਆਪਣੇ ਮਨ ਵਿੱਚ ਹੀ ਸਾਵਧਾਨ ਹੋ ਕੇ ਸ਼ਰੀਰ ਨੂੰ ਸਰੀਰ ਦੀ ਲੈਂਗੁਏਜ ਬਾਡੀ ਲੈਂਗੁਏਜ ਸੈੱਟ ਕਰਕੇ ਗੁਰਮੁਖੀ ਦੇ ਮੁਤਾਬਕ ਉਥੇ ਹੀ ਗੁਰੂ ਨੂੰ ਧਿਆਲੇ ਤੇਰੇ ਮਨ ਵਿੱਚ ਪ੍ਰਕਾਸ਼ ਹੋ ਜਾਏਗਾ ਅਰਦਾਸ ਕਰੀ ਗੁਰੂ ਨੂੰ ਪਾਤਸ਼ਾਹ ਜੀ ਕਿਰਪਾ ਕਰਿਓ ਮੈਂ ਇਹ ਕੰਮ ਕਰਨ ਜਾ ਰਿਹਾ ਮੈਨੂੰ ਫਤਿਹ ਬਖਸ਼ਿਸ਼ ਕਰਿਓ ਮੇਰੀ ਅਰਜ਼ ਤੁਹਾਡੇ ਦਰ ਤੇ ਹੈ ਮੇਰੀ ਅਰਜ਼ ਪ੍ਰਵਾਨ ਕਰਿਓ ਹੇ ਸਤਿਗੁਰੂ ਪ੍ਰਵਾਨ ਕਰਿਓ ਮੇਰੀ ਅਰਜ਼ ਨੂੰ ਸਤਿਗੁਰੂ ਤੇਰੀ ਉਥੇ ਵੀ ਅਰਜ਼ ਪ੍ਰਵਾਨ ਕਰ ਲੈਣਗੇ ਸਤਿਗੁਰੂ ਕਹਿੰਦੇ ਨੇ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਿਗੁਰੂ ਹਰ ਬਖਸ਼ੀ ਉਸ ਸਭ ਜਹਾਨ ਪਰਮਾਤਮਾ ਸਤਿਗੁਰੂ ਗੁਰੂ ਦੀ ਰਾਹੀ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ਿਸ਼ ਕਰ ਦਿੰਦਾ ਜਿੱਥੇ ਵੀ ਕੋਈ ਵੇਖਦਾ ਹੈ ਉੱਥੇ ਹੀ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਲਈ ਮੌਜੂਦ ਹੁੰਦਾ ਹੈ ਤੇ ਪਿਆਰਿਓ ਕਿਸੇ ਨਾ ਕਿਸੇ ਵਿੱਚ ਵਸ ਕੇ ਗੁਰੂ ਉੱਥੇ ਆਪ ਪਹੁੰਚ ਹੀ ਜਾਂਦਾ ਜਿੱਥੇ ਵੀ ਕੋਈ ਬੈਠ ਕੇ 겨ਉ ਨਾ ਯਾਦ ਕਰੇ ਜਿੱਥੇ ਵੀ ਕੋਈ ਬੈਠ ਕੇ ਯਾਦ ਕਰੇ ਆਪਾਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਨਾਨਕ ਦੇ ਨਾਮ ਵਿੱਚੀ ਸਭ ਦੀ ਚੜ੍ਹਦੀ ਕਲਾ ਹੈ। ਉਹਦੇ ਭਾਣੇ ਦੇ ਵਿੱਚ ਇਹ ਸਾਰਿਆਂ ਦਾ ਭਲਾ ਹੋਣਾ ਇਹ ਗੱਲ ਯਾਦ ਰੱਖਿਓ। ਆਪਾਂ ਇਹ ਵੀ ਵਚਨ ਕਹਿੰਨੇ ਆ ਅਰਦਾਸ ਦੇ ਵਿੱਚ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਤੇ ਪਰਸ਼ਾਹਕ ਨੇ ਅਜੇਹੇ ਪਿਆਰਿਆਂ ਦਾ ਮੇਲ ਕਰਾਈਂ ਅਜੇਹੇ ਸਤਿਗੁਰਾਂ ਦਾ ਪਿਆਰਿਆਂ ਦਾ ਮੇਲ ਕਰਾਈਂ ਗੁਰਸਿੱਖਾਂ ਦਾ ਮੇਲ ਕਰਾਈਂ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਹੀ ਚਿਤ ਆਜੇ ਪਰਸ਼ਾਹ ਤੇਰੇ ਨਾਮ ਦੀ ਕਣੀ ਦਾ ਮੈਨੂੰ ਰਸ ਮਿਲ ਜਾਏ। اے 파르샤 ਤੇਰਾ ਨਾਮ ਚੇਤੇ ਆਜੇ ਤੇਰੇ ਨਾਮ ਦੀ ਵਰਖਾ ਮੇਰੇ ਤੇ ਹੋ ਜਾਏ 파르샤 ਅਜੇਹ ਸੱਜਣਾ ਦਾ ਅਜੇਹ ਪਿਆਰਿਆਂ ਦਾ ਮੇਲ ਕਰਵਾਵੇਂ ਸਤਿਗੁਰੂ ਅਜੇਹੀ ਕਿਰਪਾ ਕਰੀ ਪਿਆਰਿਓ ਹੁਣ ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਨਾ ਕਿ ਗਲਤ ਅਫਵਾਮਾਂ ਫਲਾਈਆਂ ਜਾਂਦੀਆਂ ਨੇ ਕਿ ਦਸ਼ਮੇਸ਼ ਪਿਤਾ ਦੇ ਬਚਨ ਨੇ 2023 ਤੇ 24 ਦੇ ਵਿੱਚ ਇਹ ਕੰਮ ਕਰਨੇ ਨੇ ਸਭ ਦਾ ਸਭ ਕੁਝ ਜਿਹੜਾ ਖਤਮ ਹੋ ਜਾਏਗਾ ਠੀਕ ਹੈ ਕੰਮ ਨਵੇਂ ਹੋਣਗੇ ਕਿਸੇ ਨਾ ਕਿਸੇ ਵਿੱਚ ਵਸ ਕੇ ਕੰਮ ਨਵੇਂ ਹੋ ਜਾਣਗੇ ਚਾਹੇ ਉਹ ਕੋਈ ਪੰਜਾਬ ਸਰਕਾਰ ਤੋਂ ਸੇਵਾ ਲੈਣ ਇਹ ਸਤਗੁਰੂ ਦੀ ਮਰਜ਼ੀ ਹੈ ਚਾਹੇ ਕੋਈ ਦੁਨੀਆ ਦਾ ਰਾਜਾ ਹੋਵੇ ਚਾਹੇ ਕੋਈ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਹੈ ਚਾਹੇ ਕੋਈ ਵੀ ਹੈ ਹਰ ਇੱਕ ਨੂੰ ਪਰਮਾਤਮਾ ਦੀ ਰਜਾ ਦੇ ਵਿੱਚ ਚੱਲਣਾ ਪੈਂਦਾ ਹੈ ਉਹਦੀ ਰਜਾ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਜਿਹੋ ਜੇ ਲੋਕ ਹੋਗੇ ਉਹ ਜੇ ਸਾਡੇ ਉੱਪਰ ਸਿਆਸਤ ਕਰਨ ਦੇ ਲਈ ਰਾਜੇ ਬਿਠਾਤੇ ਬਸ ਫਰਕ ਤਾਂ ਇੰਨਾ ਕੁ ਆ ਪਿਆਰਿਓ ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਨਾ ਉਹ ਇਹ ਵੇ ਕਿ ਦਰਸਲ ਅੱਜ 2023-24 ਦੇ ਵਿੱਚ ਕੀ ਕੰਮ ਹੋਣਗੇ ਲੋਕਾਂ ਨੇ ਨਾ ਵੋਟਾਂ ਨੂੰ ਟਾਰਗੇਟ ਕੀਤਾ ਹੋਇਆ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਲੋਕਾਂ ਨੇ ਮੈਂ ਹੈਰਾਨ ਆ ਵੀ ਸ਼ਰਤਾਂ ਲਾ ਰੱਖੀਆਂ ਨੇ ਉਹ ਕਹਿੰਦੇ ਜੀ ਪੰਜਾਬ ਦੀਆਂ ਸੀਟਾਂ 13 ਨੇ 13 ਦੀਆਂ 13 ਸੀਟਾਂ ਤੇ ਕੋਈ ਆ ਕਾਬਜ਼ ਹੋ ਕੋਈ ਉਹ ਹੋ ਕੋਈ ਆ ਹੋ ਲੋਕਾਂ ਨੇ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਨੇ ਢੰਗ ਬਣਾ ਰੱਖੇ ਨੇ ਵੱਖੋ ਵੱਖਰੇ ਤਰ੍ਹਾਂ ਦੇ ਕੋਈ ਕਹਿੰਦਾ ਜੀ ਫਲਾਣੀ ਪਾਰਟੀ ਦਾ ਰਾਜ ਹੋ ਕੋਈ ਕਹਿੰਦਾ ਜੀ ਫਲਾਣੀ ਪਾਰਟੀ ਦਾ ਰਾਜ ਹੋ ਪਤਾ ਨਹੀਂ ਰਾਜ ਹੋਣਾ ਪਤਾ ਨਹੀਂ ਕਿਹਦਾ ਨਾਂ ਹੋਣਾ ਪਰ ਲੋਕਾਂ ਨੇ ਨਾ ਸ਼ਰਤਾਂ ਲਾ ਰੱਖੀਆਂ ਨੇ ਮੈਂ ਇੱਕ ਗੱਲ ਕਹਿੰਦਾ ਜਿੰਨਾ ਮਰਜ਼ੀ ਕਰ ਲੋ ਹੋਣਾ ਤੇ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੋਏਗਾ ਜਿਹੋ ਜੇ ਲੋਕ ਹੋਗੇ ਉਹ じゃ ਰੱਬ ਹੋ ਗਿਆ ਬਸ ਫਰਕ ਤੇ ਇੰਨਾ ਕੁ ਆ ਇਹ ਬੇਨਤੀ ਮੈਂ ਤਾਂ ਕੀਤੀ ਕਿਉਂਕਿ ਸਮੇਂ ਦੀ ਜ਼ਰੂਰਤ ਸੀ ਸਭ ਕੁਝ ਖਤਮ ਹੋ ਜਾਊਗਾ ਲੋਕ ਕਹਿੰਦੇ ਨੇ ਸਭ ਕੁਝ ਖਤਮ ਹੋ ਜਾਊਗਾ ਜੇ ਫਲਾਣੇ ਆ ਗਏ ਟਿਕੜੇ ਆ ਗਏ ਮੈਂ ਕਹਿੰਦਾ ਜੇ ਰੱਬ ਨੂੰ ਤੁਸੀਂ ਮੁਨਕਰ ਹੋ ਗਏ ਪਰਮਾਤਮਾ ਤੋਂ ਮੁਨਕਰ ਹੋ ਗਏ ਸਾਫ਼ ਤੇ ਤਾਂ ਵੀ ਸਾਰਾ ਕੁਝ ਹੀ ਹੋ ਜਾਣਾ ਬਚਣਾ ਤੇ ਫਿਰ ਵੀ ਨਹੀਂ ਆ ਫਿਰ ਵੀ ਸਾਰਾ ਕੁਝ ਤਹਿਸ ਨੈਸ ਹੋ ਜਾਣਾ ਫਿਰ ਵੀ ਸਾਰਾ ਕੁਝ ਗਿਆ ਹੀ ਸਮਝੋ ਅੱਜ ਦੇਖ ਲਓ ਗੁਰੂ ਪਾਤਸ਼ਾਹ ਦੇ ਅਸਥਾਨ ਪਾਕਿਸਤਾਨ ਦੇ ਵਿੱਚ ਰਹਿ ਗਏ 1947 ਦੀ ਵੰਡ ਨੇ ਕਿੰਨਾ ਕੁਝ ਉਜਾੜਿਆ 1947 ਦੀ ਵੰਡ ਵਿੱਚ ਕਿੰਨਿਆਂ ਦੀ ਨਸਲ ਕੁਸ਼ੀ ਹੋਈ ਸਿੱਖ ਤੇ Hindu ਹੀ ਮਾਰੇ ਗਏ ਮੁਸਲਮਾਨ ਭਰਾ ਮਾਰੇ ਗਏ ਕਿੰਨਿਆਂ ਭੈਣਾਵਾਂ ਦੀਆਂ ਬੇਪੱਤੀਆਂ ਹੋਈਆਂ ਚਾਹੇ ਕੋਈ ਮੁਸਲਮਾਨ ਵੀਰਾਂ ਦੀ ਧੀ ਭੈਣ ਹੋਵੇ ਚਾਹੇ ਹਿੰਦੂਆਂ ਦੀ ਚਾਹੇ ਸਿੱਖਾਂ ਦੀ ਕਿੰਨੀਆਂ ਨਸਲ ਕੁਸੀਆਂ ਹੋਈਆਂ ਕਿੰਨੇ ਵੈਰ ਵਿਰੋਧ ਹੋਏ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਨੇ ਸੋਚ ਕੇ ਵੇਖੋ ਜਰਾ ਇੱਕ ਵਾਰ ਸੋਚ ਕੇ ਵੇਖੋ ਧਿਆਨ ਦੇ ਵਿੱਚ ਲਾ ਕੇ ਵੇਖੋ ਇਹ ਗੱਲਾਂ ਨੂੰ ਗੁਰਮਖੋ ਕਾਣ ਤੇ ਸਾਡਾ ਹੀ ਹੁੰਦਾ ਕੋਈ ਮਰਜੀ ਹੋ ਜਾਏ ਸਭ ਕੁਝ ਖਤਮ ਹੋ ਜਾਣਾ ਯਾਦ ਰੱਖਿਓ ਜੇ ਕਰ ਮਾਰੀਆਂ ਸਰਕਾਰਾਂ ਇਸੇ ਤਰ੍ਹਾਂ ਸਾਡੇ ਤੇ ਕਾਬਜ ਹੁੰਦੀਆਂ ਰਹੀਆਂ ਬੋਤਲਾਂ ਪਿੱਛੇ ਅਸੀਂ ਵਿਕਦੇ ਰਹੇ ਆਪਣੇ ਹੱਕ ਆਪਣੀਆਂ ਵੋਟਾਂ ਵੇਚਦੇ ਰਹੇ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਇਸੇ ਤਰ੍ਹਾਂ ਘਾਣ ਹੋਊਗਾ ਸਾਡਾ ਇਸੇ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਕਤਲੇਆਮ ਹੋਊਗਾ ਤੇ ਅਸੀਂ ਲੋਕ ਇਸੇ ਤਰ੍ਹਾਂ ਮਰਦੇ ਰਵਾਂਗੇ ਅਸੀਂ ਲੋਕ ਇਸੇ ਤਰ੍ਹਾਂ ਜਲਦੇ ਬਲਦੇ ਰਵਾਂਗੇ ਯਾਦ ਰੱਖਿਓ ਸਾਨੂੰ ਕੋਈ ਨਹੀਂ ਬਚਾ ਸਕਦਾ ਸਾਨੂੰ ਕੋਈ ਵੀ ਇੱਥੇ ਨਹੀਂ ਬਚਾਏਗਾ ਰੱਬ ਹੀ ਬਚਾਏਗਾ ਪਰਮਾਤਮਾ ਨਾਲ ਜੁੜ ਜਿਓ ਆ ਸ਼ਰਤਾਂ ਨਾ ਲਾਓ ਐ ਹੋਊ ਜੀ ਪਾਰਟੀਆਂ ਵਾਜੀਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਜੇ 2 ਮਿੰਟ ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਕਰ ਲਿਆ ਸਿਮਰਨ ਕਰ ਲਿਆ ਯਾਦ ਰੱਖਿਓ ਸਫਲਾ ਹੋ ਜਾਏਗਾ ਤੇ ਇਹਨਾਂ ਚੀਜ਼ਾਂ ਹਾਂ ਦੁਨੀਆਵੀ ਨੌਲੇਜ ਰੱਖੋ ਜ਼ਰੂਰ ਰੱਖੋ ਪਰ ਦੁਨਿਆਵੀ ਲੋਕਾਂ ਦੇ ਗੱਲਾਂ ਦੇ ਵਿੱਚ ਖਚਤ ਹੋ ਜਾਣਾ ਆਪਣੇ ਸਮੇਂ ਦੀ ਪੈਸੇ ਦੀ ਬਰਬਾਦੀ ਕਰਨਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਦਿਮਾਗ ਦੀ ਖਚਤ ਕਰਨਾ ਯਾਦ ਰੱਖਿਓ ਜੇ ਉਹੀ ਦਿਮਾਗ ਆਪਾਂ ਗੁਰੂ ਦੇ ਵਿੱਚ ਲਾ ਦੀਏ ਕਿੰਨਾ ਚੰਗਾ ਹੋਵੇ ਕੁਝ ਲੋਕਾਂ ਨੇ ਇਹੋ ਹੀ ਬਚਨ ਗੁਰੂ ਦੇ ਕਹਿ ਕੇ ਪ੍ਰਚਾਰ ਤੇ ਮੈਂ ਕਹਿੰਦਾ ਪਾਰਸ਼ਾਣੇ ਤੇ ਬਾਣੀ ਵਿੱਚੋਂ ਕਿਹਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਜਦੋਂ ਤੂੰ ਗੁਰੂ ਦੀ ਬਾਣੀ ਨੂੰ ਪੜੇਂਗਾ ਸ਼ਬਦ ਨਾਲ ਜੁੜੇਂਗਾ ਪਿਆਰਿਆ ਤੇਰੇ ਲਈ ਹਰ ਇੱਕ ਚੀਜ਼ ਨਵੀਂ ਨਿਮੇਲੀ ਹੈ ਹਰ ਇੱਕ ਚੀਜ਼ ਨਵੀਂ ਨਵੇਕਲੀ ਹੈ ਯਾਦ ਰੱਖੀ ਪਾਤਸ਼ਾਹ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੀ ਇਹਨਾਂ ਚੀਜ਼ਾਂ ਨੂੰ ਆਪਣੀ ਗੌਰ ਵਿੱਚ ਰੱਖੀਂ ਫਰਮਾਇਸ਼ ਵਿੱਚ ਰੱਖੀਂ ਬਾਦਸ਼ਾਹ ਕਹਿੰਦੇ ਨੇ ਹਰ ਕਾਰ ਤੇ ਤੇਰੇ ਰਾਸ ਯਾਨੀ ਕਿ ਤੇ ਗੁਰੂ ਤੇਰਾ ਨਿਤ ਨਵਾ ਤੇਰੇ ਲਈ ਨਿਤ ਨਵੇਂ ਕਾਰਜ ਕਰੇਗਾ ਦੁਨੀਆਵੀ ਦੁਨੀਆਵੀ ਚਿੰਤਾ ਛੱਡ ਦੇ ਸਤ ਗੁਰੂ ਤੇਰੇ ਲਈ ਤਾਂ ਵੀ ਸਾਰਾ ਕੁਝ ਨਵਾਂ ਹੀ ਨਵਾਂ ਪੇਸ਼ ਕਰਨਗੇ ਨਵੇਂ ਨਵੇਂ ਰਿਸ਼ਤੇ ਸਾਰਾ ਕੁਝ ਟੋਟਲੀ ਨਵਾਂ ਤੇਰੇ ਲਈ ਹੋਊਗਾ ਜਦੋਂ ਵੀ ਤੂੰ ਗੁਰੂ ਨੂੰ ਪੜ੍ਹੇਂਗਾ ਵਿਚਾਰੇਂਗਾ ਉਹਦੇ ਵਿੱਚ ਵੀ ਤੈਨੂੰ ਨਵਾਂ ਹੀ ਨਵਾਂ ਮਿਲੇਗਾ ਸਾਰਾ ਕੁਝ ਨਿਊ ਨਿਊ ਤੇਰੇ ਸਾਹਮਣੇ ਆਊਗਾ ਯਾਦ ਰੱਖੀ ਸੋ ਇਨੀਆਂ ਕੋਈ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ